ਹਾਂਜੀ ਸਤਿ ਸ਼੍ਰੀ ਅਕਾਲ ਬਾਈ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ ਯੂਟਿਊਬ ਚੈਨਲ ਤੇ। ਦੋਸਤੋ, ਅੱਜ ਦੀ ਵੀਡੀਓ ਪਿੰਡ ਚੜੈਕ, ਜ਼ਿਲ੍ਹਾ ਮੋਗਾ, ਤਹਿਸੀਲ ਵੀ ਮੋਗਾ ਹੀ ਆ। ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇੱਦਾਂ ਦੀ ਵੀਡੀਓ ਬਣਾਉਣੀ ਹੋਵੇ, ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਮੋਬਾਈਲ ਨੰਬਰ 98145401968। ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਦਿਓ, ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਅੱਜ ਦੀ ਵੀਡੀਓ ਦੇ ਵਿੱਚ ਆਹ ਨਗ ਤੁਹਾਨੂੰ ਵਿਖਾਉਣੇ ਆ, ਵਿੱਚ ਜਰਸੀਆਂ, ਡੱਬੀਆਂ, ਵੈੜਾਂ ਵੀ ਹੈਗੀਆਂ, ਕ੍ਰੋਸ ਅੰਗ ਦੀਆਂ ਵੈੜਾਂ ਵੀ ਹੈਗੀਆਂ, ਕਾਲੀਆਂ ਵੀ ਹੈਗੀਆਂ। ਇਨਫੋਰਮੇਸ਼ਨ ਲੈ ਦਿੰਦਾ, ਕਾਫੀ ਗਿਣਤੀ 'ਚ ਪਸ਼ੂ ਆ, ਆਓ ਕਰਦੇ ਗੱਲਬਾਤ। ਇਹ ਸਾਰਾ ਮਾਲ ਹੀ ਸੇਲ ਆ। ਹਾਂਜੀ, ਸਤਿ ਸ਼੍ਰੀ ਅਕਾਲ। ਨਾਮ ਤੇ ਐਡਰੈਸ ਦੱਸ। ਨਾਮ ਬਾਈ ਗੁਰਦਿੱਤਾ, ਪਿੰਡ ਚੜੈਕਾ, ਜਿਹੜਾ ਮੋਗਾ, ਤਹਿਸੀਲ ਮੋਗਾ। ਕਿੰਨੇ ਨਾਗ ਗੁਰਦਿੱਤਾ? ਨਾਗ ਵੀਰੇ 12-13 ਸੀਗੇ, 4-8-9 ਹੈਗੀਆਂ। 8-9 ਹੈਗੀਆਂ। ਫੋਨ ਨੰਬਰ ਦੱਸ ਦਿਓ। 8007-1756-56। ਜਰਸੀ ਤੋਂ ਸ਼ੁਰੂ ਕਰੀਏ ਕਹਿੰਦਾ ਮਾ ਸੂਆ ਬਾਈ, ਦੂਜਾ ਸੂਆ ਏ। ਹਾਂ, ਲਾਲ ਡੱਬੀ ਗਾਂ ਆ, ਠੰਡੀ ਸੀਲ ਫੁੱਲ। ਲਾਲ ਡੱਬੀ ਗਾਂ ਜਰਸੀ ਨਸਲ ਦੀ, ਠੰਡੀ ਸੀਲ ਫੁੱਲ ਆ। ਦੁੱਧ ਕਿੰਨਾ ਕੱਢ ਜੂ? ਦੁੱਧ ਵੀਰੇ 13 ਕਿਲੋ ਕਲੂਨ ਦਾ ਦਿੱਤਾ ਵਾ। ਮੁੱਲ ਜਾਇਜ਼ ਜਾ? ਮੁੱਲ 45,000 ਹੈ। ਦਿਨ ਕਿੰਨੇ ਦੱਸਿਆ? ਦਿਨ ਵੀਰੇ ਹਜੇ 5-7 ਨਹੀਂ ਸੁਣੇ। 5-7 ਦਿਨ ਬਾਈ ਦੱਸਦਾ, ਲੈ ਜੂ 13 ਕਿਲੋ ਦੁੱਧ ਦਿੱਤਾ ਪਹਿਲਾਂ ਨੇ। 40-5 45,000 ਦੀ ਦੇ ਦੇਣੀ ਆ, ਸੋਹਣੀ ਜਰਸੀ ਬਦਾਮੀ ਰੰਗ ਦੀ। ਦੁੱਧ ਇਹਨਾਂ ਦਾ ਮੱਝਾਂ ਵਰਗਾ ਹੀ ਹੁੰਦਾ, ਤਾਂ ਕਰਕੇ ਡਿਮਾਂਡ 'ਚ ਵੀ ਵੱਧ ਰਹਿੰਦੀਆਂ। ਸੀਲ ਸਾਊ ਫੁੱਲ ਹੈ, ਝੋਲ ਵਾਲੀ ਵੱਛੀ ਹੈ, ਲੇਵਾ ਲਾਊ ਬਹੁਤ, ਕੱਲੀ ਕੱਚੀ ਕੱਚੀ ਹੈ। 5-7 ਦਿਨ ਮੇਰਾ ਦੁੱਧ ਸਾਨੂੰ ਜਿਹੜਾ ਦੱਸ ਦੇਣਾ। ਹਾਂ, ਆਪਾਂ ਡਰ ਕੇ ਦੱਸ ਦਿਆ, ਗਾਂ ਦਾ 16 ਕਿਲੋ ਦੁੱਧ ਦੱਸਿਆ ਵਾ। ਠੀਕ ਹੈ, 13 ਤਾਂ ਦੱਸਿਆ ਵੀ 13 ਦਾ ਦਊਗੀ ਬਾਈ। ਕਹਿੰਦਾ ਦੁੱਧ ਅਗਲੇ ਨੇ 16-17 ਦੱਸਿਆ, ਪਰ ਆਪਾਂ 13 ਕਿਲੋ ਹੀ ਦੱਸਦੇ ਹਾਂ। 13 ਦੀ ਗਰੰਟੀ ਆ ਕਿ ਅਗਲਾ ਲਾਂਭਾ ਨਾ ਦੇਵੇ। 45,000 ਦੀ ਦੇ ਦੇਣੀ ਆ, 44-45,000 ਦੀ 13-14 ਕਿਲੋ ਵਾਲੇ ਦੁੱਧ ਵਾਲੀ ਜਰਸੀ ਦਿੰਦਾ ਵੀ ਕੌਣ ਆ? ਬਸ ਬਾਕੀ ਇੱਕ ਗੱਲ ਆ ਬਾਈ, ਇਹ ਮਰੀ ਜੀ ਨਹੀਂਗੀ, ਵਜਨ ਵਾਲੀ ਕਈ ਹੁੰਦੀਆਂ, ਮੂੰਹ ਦੀਆਂ ਸੋਹਣੀਆਂ ਜੀਆਂ ਹੁੰਦੀਆਂ, ਪਿੱਛੋਂ ਇਹ ਕਰਦੀਆਂ ਫਿਰਦੀਆਂ ਹੁੰਦੀਆਂ, ਲੱਤਾਂ ਹੀ ਮਾਰਦੀਆਂ ਜਾਂਦੀਆਂ, ਉਹ ਨਹੀਂ ਗੀ, ਵਜਨ ਵਾਲੀ ਗਾਂ ਹੈ। ਸਹੀ ਹੈ ਦੋਸਤੋ, ਕੀ ਪਾਊ ਚਾਰੇ ਥਾਂ ਜਾਂ ਮਲਾਈ ਵਰਗੇ ਬਿੱਲੇ। ਸਹਿਦ ਹੀ ਮਾਰਦੀ ਹੈ, ਆਹ ਤੁਸੀਂ ਵੇਖ ਸਕਦੇ ਆ, ਜਿਹੜੇ ਆਏ ਨਾ ਆਪਣੀ ਗਾਂ ਥਣੋਂ ਗਾਂ ਤਣਾ ਨਿਕਲੂ। ਜਿਹੜੇ ਦਾ ਮਰਜ਼ੀ ਖਿੱਚਣਾ ਥਣਾ ਗਾਂ ਆਪਣੀ 16 ਨੇ ਹੋਊ, ਥਣਾ ਦੀਆਂ ਬਾਈ ਕਹਿੰਦਾ 16 ਨੇ ਹੋਣਗੀਆਂ ਆਪਣੀਆਂ ਵੈੜਾਂ। 40-5 45,000 ਦੀ ਦੇ ਦੇਣੀ ਆ, ਦੁੱਧ 13-14 ਕਿਲੋ ਪਿਆ ਜੂ। ਅਗਲੇ ਦਾ 16-17 ਦੱਸਦੇ ਆ, ਪਰ ਤੁਸੀਂ 13-14 ਮੰਨ ਕੇ ਸੌਦਾ ਕਰ ਲਿਓ। 2 ਨੰਬਰ ਜਰਸੀ ਤੇ ਆ ਜੀ ਕਰਦੇ ਤਾਂ, ਬਹੁਤ ਚੰਗੀ ਵੈੜਾ ਜਰਸੀ, ਲੋਕਲ ਲਈ ਵੀ ਆਪਣੇ ਪਿੰਡ ਤੋਂ। ਠੀਕ, ਪਿੰਡੋਂ ਹੀ ਲਈ ਆ। ਕਹਿਣ ਮਸੂਆ ਦੁੱਧ ਹੈਗਾ ਦਿੱਤਾ ਨਾ 16 ਕਿਲੋ, ਦੂਜੇ ਸੂਏ ਆਪਾਂ ਦਿੱਤੀ ਸੀ ਵੈੜ ਇਹ। ਠੀਕ ਹੈ, ਹੁਣ ਮੈਂ ਕਹਿਣ ਨੂੰ ਭਲਾ ਪਹਿਲਾਂ ਕਹਿ ਕੇ ਵੇਚਦਾ, ਫਿਰ ਵੀ ਅਗਲਾ ਸੱਚ ਮੰਨ ਲੂਗਾ, ਪਰ ਸਹੀ ਗਾਂ ਤੀਜੇ ਸੂਏ ਸੁਣਦੀ ਆ, 16 ਕਿਲੋ ਦੁੱਧ ਦਿੱਤਾ ਗਾਂ ਨੇ। ਠੀਕ ਹੈ, ਹਾਂ, ਮੁੱਲ ਮੁੱਲ 43,000 ਦੀ ਹਾਂ ਨਾ ਦੇਣੀ ਆ, 12 ਦਿਨਾਂ ਦੀ ਕੱਚੀ ਹੈ, ਕੱਢੀਏ ਬਾਹਰ। ਦੁੱਧ ਕਿੰਨਾ ਦਿੱਤਾ ਬਾਈ? ਕਹਿੰਦਾ 16 ਕਿਲੋ ਦੁੱਧ ਦਿੱਤਾ ਦੂਜੇ ਸੂਏ, ਮੂੰਹ ਮੱਥੇ ਦੀ ਸੋਹਣੀ ਹੈ। ਬਾਈ ਕਹਿੰਦਾ ਗਾਂ ਵੇਖਣ ਤੋਂ ਲੱਗਦਾ ਨੀਗਾ ਕਿ ਤੀਜਾ ਸੂਆ ਹੋ, ਪਰ ਬਾਈ ਕਹਿੰਦਾ ਕੀ ਲੋੜ ਹੈ ਝੂਠ ਮਾਰਨ ਦੀ। 16 ਕਿਲੋ ਦੁੱਧ ਦਿੱਤਾ ਦੂਜੇ ਸੂਏ ਆਪਦੇ ਘਰੋਂ, ਬਾਈ ਕਹਿੰਦਾ ਦਿੱਤੀ ਆਪਾਂ ਦੂਜੇ ਸੂਏ, ਪਿੰਡ ਹੀ ਦਿੱਤੀ ਸੀ ਤੇ ਪਿੰਡੋਂ ਉਹਨਾਂ ਨੇ ਹੁਣ ਵੇਚਤੀ, ਆਪਾਂ ਲੈ ਲਈ। ਵਲ ਢਿੱਲਾਂ ਬਹੁਤ ਪਈਆਂ, 10-12 ਦਿਨਾਂ ਦੀ ਕੱਚੀ ਆ, ਅਮਰੀਕਨ ਵਰਗਾ ਲੇਵਾ ਤਿਆਰ ਕਰਕੇ ਸੂ ਬਾਲਾ ਬਾਂਦੀ ਵੱਛੀ ਆ। ਠੀਕ ਹੈ, ਬਾਕੀ ਲੇਵਾ ਹੀ ਦੱਸਦਾ, ਵਲ ਢਿੱਲਾਂ ਬਹੁਤ ਪਈਆਂ, ਸਾਰੀ ਵਲ ਢਿੱਲ ਕੱਢ ਕੇ ਸੁਣਾ। ਬਹੁਤ ਸੋਹਣੀ ਫੁੱਲ ਜਾਤ ਬਰੀਡ ਵਾਲੀ ਜਰਸੀ ਨਸਲ ਦੀ, ਤੀਜਾ ਸੂਆ ਵੈੜ, ਕਹਿਣ ਨੂੰ ਦੂਜਾ ਸੂਆ ਬਾਈ ਕਹਿੰਦਾ ਭਾਵਾਂ ਕਹਿ ਦਈਏ, ਪਰ ਸਹੀ ਤੀਜਾ ਸੂਆ, ਕਿਉਂਕਿ ਦੂਜੇ ਸੂਏ ਬਾਈ ਕਹਿੰਦਾ ਆਪਣੇ ਘਰੋਂ ਗਈ ਸੀ ਇਹ, ਇੱਕ ਸੂਆ ਦੁੱਧ ਪੀਤਾ ਪਿੰਡ ਵਾਲਿਆਂ ਨੇ, ਤੀਜੇ ਸੂਏ ਹੁਣ ਬਾਈ ਕਹਿੰਦਾ ਸੁਣਦੀ ਆ। ਮੁੱਲੇ ਦਾ ਇਹ 43,000 ਦੀ ਦੇਵਾਂਗੇ, ਹਾਂ ਨਾ ਭਰਾ, ਮੁੱਲ ਨਹੀਂ ਕਰਨਾ ਇਹਦਾ ਵੱਛੀ ਦਾ। ਠੀਕ ਹੈ, ਤਿਆਰ ਹੋਈ ਤੇ ਨੂੰ ਜਸੀ ਜਾਂਦੀ 60,000 ਦੀ। ਹਾਂ ਸਹੀ ਆ, ਬਾਈ ਕਹਿੰਦਾ ਤਿਆਰ ਹੋਈ 60,000 ਦੀ, ਪਰ ਅੱਜ 43,000 ਦੀ ਦੇ ਦਿਆਂਗੇ, ਬੇਫਿਕਰ ਹੋ ਕੇ ਅਗਲਾ ਲੈ ਜੇ। 16 ਕਿਲੋ ਖੁੱਲ੍ਹਾ ਦੁੱਧ ਦੂਜੇ ਸੂਏ ਨੇ ਦਿੱਤਾ,
ਤੀਜੇ ਸੂਏ ਸੂਨ ਨੂੰ ਤਿਆਰ ਹੈ, ਦਸਾਂ ਬਾਰਾਂ ਦਿਨਾਂ ਦੀ ਕੱਚੀ ਹੈ। ਫੁੱਲ ਜਾਤ ਬਰੀਡ ਵਾਲੀ ਵੱਛੀ ਜਰਸੀ ਨਸਲ ਦੀ, ਲੇਵਾ ਲਾਊ ਬਹੁਤ, ਦਸਾਂ ਬਾਰਾਂ ਦਿਨਾਂ ਦੀ ਕੱਚੀ ਆ, ਸਾਰਾ ਹਵਾ ਨਾਲ ਭਰ ਕੇ ਸੂਣਾ ਕਰਮ ਵਾਲੀ ਨੇ। ਕਹਿਣਵਾਂ ਸੂਆ ਇਹਦਾ 3 ਨੰਬਰ ਦਾ, ਠੀਕ ਹੈ ਦੋਸਤੋ। ਜਰਸੀ ਅਤੇ ਸਾਹੀਵਾਲ ਦਾ ਮਿਕਸ ਜਿਹਾ, ਪਿਓਰ ਜਰਸੀ ਨਹੀਂ ਗੀ, ਰੰਗ ਜ਼ਰੂਰ ਬਦਾਮੀ ਹੈ ਪਰ ਨਾਲ ਸਾਹੀਵਾਲ ਦਾ ਕ੍ਰੋਸ ਹੈ, ਸੀਲ ਫੁੱਲ ਆ, ਸੀਲ ਪੂਰੀ ਹੈ, ਥਣ ਮੋਟਾ, ਅੱਧੀ ਚਵਾਈ ਵਾਲਾ ਹਵਾਨਾ, ਰਬੜ ਵਾਂਗੂ ਵੱਧ ਦਿੰਦਾ। 15 ਕਿਲੋ ਅੱਛਾ, ਦਿਨ ਕਿੰਨੇ ਲੈ ਜੂ? ਦਿਨ 10 ਪਏ ਤੋਰ ਦੇ। 15 ਕਿਲੋ ਦੁੱਧ ਦਿੱਤਾ ਭਾਈ, ਕਹਿੰਦਾ ਦਸਾਂ ਦਿਨਾਂ ਦੀ ਕੱਚੀ ਆ। ਮੁੱਲ ਇਹਦਾ ਇਹ ਵੀ ਬਾਈ ਕਹਿੰਦਾ 40 ਤੇ 5 45 ਹਜ਼ਾਰ ਦੀ ਬਾਈ ਕਹਿੰਦਾ ਦੇ ਦਿਆਂਗੇ, 45 ਹਜ਼ਾਰ 'ਚੋਂ ਬਾਈ ਕਹਿੰਦਾ ਮਾਣ ਕਰ ਦੂੰਗਾ। ਕਹਿੰਦਾ ਮੈਂ ਸੂਆ ਕਰਦਾ ਤੱਗੇ ਦਾ 4 ਨੰਬਰ ਦਾ, ਦੂਜੇ ਸੂਏ ਸੂੰਦੀ ਹੈ, ਦਿਨ ਕਿੰਨੇ ਲੈ ਜੂ? 6-7 ਦਿਨਾਂ ਦੀ, ਦੂਜਾ ਸੂਆ ਵੈੜ, ਭਾਰੀ ਭੂਰੀ ਬਹੁਤ ਹੈ, ਹਵਾਨਾ ਸੋਹਣਾ, ਥਣ ਇਹਦੇ ਵੀ ਸੋਹਣੇ, ਅੱਧੀ ਚਵਾਈ ਵਾਲੇ ਆ, ਕੋਈ ਫੋਟ ਛਾਂਗ ਨਹੀਂ, ਮੋਟੋ ਆ, ਠੀਕ ਹੈ ਬਾਈ ਕਹਿੰਦਾ ਆਈ ਬਹਿ ਜੇ ਭਾਵਾਂ ਅਗਲਾ, ਪੂਰੀ ਸੀਲ ਸਾਊਗਾ। ਦੁੱਧ ਕਿੰਨਾ ਕੱਢ ਜੂ? ਠੀਕ ਹੈ, 14 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ, ਸੀਲ ਸਾਊ ਪੂਰੀ ਆ, ਥਣਾਂ ਤੇ ਹੱਥ ਮਾਰਿਆ ਬਾਈ ਨੇ ਤੇ ਪੂਛ ਚੱਕ ਲਈ ਆ, ਚਵਾਈ ਬਾਈ ਦੱਸਦਾ ਪੂਰੀ ਚੰਗੀ ਹੋਊ ਇਹਦੀ। ਥਣਾਂ ਦੀਆਂ ਸਾਰੀਆਂ, ਵਹਿੜਾਂ ਦੀ, ਥਣਾਂ ਦੀ, ਸਾਰਿਆਂ ਦੀ ਬਾਈ ਕਹਿੰਦਾ ਗਰੰਟੀ, ਉਹ ਭਾਰ ਦੀ, ਥਣਾਂ ਦੀ, ਸਾਰੇ ਪਸ਼ੂਆਂ ਦੀ ਵੀਰ ਕਹਿੰਦਾ ਗਰੰਟੀ ਹੋਊ ਆਪਣੀ। ਸਾਡੀ ਗੱਭਣ ਗਾਂ ਦਾ ਵਿੱਚ ਪਾਣੀ ਕੱਢ ਲਾ, ਐਂ ਨਾ ਗਾਂ ਮੂਹਰੋਂ ਫੜ ਨਹੀਂ ਪਊ। ਮੁੱਲ ਮੁੱਲ ਜਿਸ ਨੂੰ ਜਾਂ ਤੋਹਫਾ ਕਰ ਦਈਏ ਖੀਰ 'ਤੇ, ਹਾਂ ਛੱਡ ਦੇ ਆਫਰ, 40 ਹਜ਼ਾਰ 40 ਹਜ਼ਾਰ ਦੀ ਬਾਈ ਕਹਿੰਦਾ ਦੇ ਦੇਣੀ ਆ ਦੁੱਧ, 14 ਕਿਲੋ ਪਿਆ ਜੂ, 40-24 ਹਜ਼ਾਰ ਛੱਡ ਦਾਂਗੇ, 1500 ਚੱਕ, 38.5 ਹਜ਼ਾਰ ਦੀ। ਦਿਨ ਕਿੰਨੇ ਲੈ ਜੂ? ਦਿਨ 7 ਹਫ਼ਤੇ ਦੀ ਕੱਚੀ ਆ, 37.5 ਹਜ਼ਾਰ ਦੀ ਬਾਈ, 38.5 ਹਜ਼ਾਰ ਦੀ ਬਾਈ ਕਹਿੰਦਾ ਦੇ ਦਿਆਂਗੇ, 40 ਹਜ਼ਾਰ ਕਿਹਾ ਸੀ, 1500 ਬਾਈ ਕਹਿੰਦਾ ਹੋਰ ਛੱਡ ਦਿਆਂਗੇ, 38.5 ਹਜ਼ਾਰ ਦੀ ਬਾਈ ਕਹਿੰਦਾ ਦੇ ਦਿਆਂਗੇ, 14 ਕਿਲੋ ਦੁੱਧ ਪਿਆ ਜੂ, ਕ੍ਰੋਸ ਅੰਗ ਵਜਨ ਵੁਜਨ ਬਹੁਤ ਹੈ। ਅੱਜ ਦੀ ਵੀਡੀਓ ਦੇ ਵਿੱਚ ਇਹ ਗੁਰਦਿੱਤ ਦੇ ਸਾਰਾ ਮਾਲ ਹੀ ਸੇਲ ਆ, ਵਿਕਾਊ ਆ, ਵੱਡੀਆਂ ਵਹਿੜਾਂ ਵੀ ਹੈਗੀਆਂ, ਜੇ ਕੋਈ ਭੈਣ ਭਰਾ ਵੱਡੀਆਂ ਵਹਿੜਾਂ ਲੈਣ ਦਾ ਚਾਹਵਾਣਾ ਤਾਂ ਵੱਡੀਆਂ ਵੀ ਹੈਗੀਆਂ, ਜਰਸੀਆਂ ਵੀ ਹੈਗੀਆਂ, ਡੱਬੀਆਂ ਵੀ ਹੈਗੀਆਂ, ਕ੍ਰੋਸ ਅੰਗ ਦੀਆਂ ਵਹਿੜਾਂ ਵੀ ਹੈਗੀਆਂ, ਇਹ ਸਾਰਾ ਮਾਲ ਹੀ ਸੇਲ ਹੈ, ਵਿਕਾਊ ਆ, ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਨਗ ਪਸੰਦ ਆਉਂਦਾ ਤੁਸੀਂ ਬਾਈ ਗੁਰਦਿੱਤ ਨਾਲ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰ ਲਿਓ, ਫੋਨ ਨੰਬਰ ਲਗਾਤਾਰ ਸਕਰੀਨ 'ਤੇ ਚੱਲੀ ਜਾਂਦਾ, ਜੇ ਕਿਸੇ ਨੇ ਘਰ ਆਉਣਾ ਐਡਰੈਸ ਦੂਰੀ ਵਾਰੀ ਦੱਸ ਦਿੰਦਾ, ਪਿੰਡ ਚੜੈਕ, ਜ਼ਿਲ੍ਹਾ ਮੋਗਾ, ਤਹਿਸੀਲ ਵੀ ਮੋਗਾ ਹੀ ਹੈ, ਜਰਸੀਆਂ ਵੀ ਹੈਗੀਆਂ, ਡੱਬੀਆਂ ਵੀ ਹੈਗੀਆਂ, ਦਰਮਿਆਨੀਆਂ ਵਹਿੜਾਂ ਵੀ ਹੈਗੀਆਂ, ਅਤੇ 23-24-20 ਕਿਲੋ ਤੋਂ ਬਾਹਰ ਦੁੱਧ ਵਾਲੀਆਂ ਵਹਿੜਾਂ ਵੀ ਹੈਗੀਆਂ। ਅਤੇ ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਦਿਓ, ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।